ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਿੱਖ ਕੌਮ ਕਦੇ ਵੀ ਬਾਦਲਾਂ ਨੂੰ ਮਾਫ਼ ਨਹੀਂ ਕਰੇਗੀ ਅਕਾਲੀਆਂ ਦੇ ਗੁਨਾਹ ਜਿਹੜੇ ਨੇ ਮਾਫ਼ੀਯੋਗ ਹੁਣ ਨਹੀਂ ਨੇ ਜੀ ਹਾਂ ਜਥੇਦਾਰ ਜਿਹੜੇ ਨੇ ਬਾਦਲਾਂ ਨੂੰ ਕਿੱਦਾਂ ਮਾਫ ਕਰ ਸਕਦੇ ਨੇ ਹਾਲਾਂਕਿ ਬਾਦਲਾਂ ਨੂੰ ਕਿੱਦਾਂ ਮਾਫ ਕੀਤਾ ਜਾ ਸਕਦਾ ਹੈ ਸ਼੍ਰੋਮਣੀ ਕਮੇਟੀ ਨੇ ਓਪਨੀਅਮ ਬਣਾ ਕੇ ਅਕਾਲ ਤਖਤ ਦੇ ਜਥੇਦਾਰਾਂ ਦਾ ਬੇੜਾ ਕਰ 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 ਦਿੱਤਾ ਹੈ ਭਾਈ ਰਣਜੀਤ ਸਿੰਘ ਹੋਰਾਂ ਨੇ ਇਸ ਗੱਲ ਦਾ ਵੱਡਾ ਖੁਲਾਸਾ ਕੀਤਾ ਤੇ ਹਾਲਾਂਕਿ ਬਿਲਕੁਲ ਉਹਨਾਂ ਨੇ ਇਹ ਗੱਲ ਵੀ ਜਿਹੜੀ ਹੈ ਜ਼ਰੂਰ ਕਹੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਕੁਝ ਹੋਰ ਸੀ ਪਰ ਅੱਜ ਕੁਝ ਹੋਰ ਬਣ ਚੁੱਕਿਆ ਵੱਡਾ ਸਵਾਲ ਹੈ ਜਿਹੜਾ ਤੇ ਕਿਤੇ ਨਾ ਕਿਤੇ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਵੀ ਕੀਤਾ ਗਿਆ ਤੇ ਹਾਲਾਂਕਿ ਸਾਭਕਾ ਜਥੇਦਾਰ ਗੈਨੀ ਰਣਜੀਤ ਸਿੰਘ ਹੋਰਾਂ ਨੇ ਵੱਡਾ ਜਿਹੜਾ ਹੈ ਇਸ ਦੇ ਵਿੱਚ ਖੁਲਾਸਾ ਕੀਤਾ ਹੈ ਅਕਾਲ ਤਖਤ ਸਾਹਿਬ ਦੇ ਸਾਬਕਾ ਜਸਦਾਰ ਭਾਈ ਰਣਜੀਤ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੂੰ ਜਥੇਦਾਰਾਂ ਵੱਲੋਂ ਅਕਾਲ ਤਖਤ ਤੇ ਸਦਕੇ 15 ਦਿਨਾਂ ਚ ਗਲਤੀਆਂ ਦਾ ਸਪਸ਼ਟੀਕਰਨ ਮੰਗੇ ਜਾਣ ਬਾਰੇ ਕਿਹਾ ਹੈ ਕੇਸ ਨਾਲ ਕੁਝ ਵੀ ਨਹੀਂ ਹੋਣ ਵਾਲਾ ਭਾਵੇਂ ਕੁਝ ਵੀ ਕੋਈ ਕਿਉਂ ਨਾ ਕਰ ਲੇ ਕੁਝ ਵੀ ਬਦਲਣ ਵਾਲਾ ਨਹੀਂ ਹੈ ਉਹਨਾਂ ਕਿਹਾ ਇਹ ਸੁਖਵੀਰ ਤੇ ਵਿਰੋਧੀਆਂ ਨੂੰ ਸੇਵਾ ਲਾ ਕੇ ਬਾਅਦ ਚ ਇਕੱਠੇ ਹੋਣ ਲਈ ਕਹਿ ਦਿੱਤਾ ਜਾਵੇਗਾ ਇੱਕ ਟੀਵੀ ਇੰਟਰਵਿਊ ਦੇ ਵਿੱਚ ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮਿਆਂ ਦਾ ਅਕਾਲ ਤਖਤ ਕੁਝ ਹੋਰ ਸੀ ਪਰ ਮੌਜੂਦਾ ਸ਼੍ਰੋਮਣੀ ਕਮੇਟੀ ਨੇ ਤਾਂ ਓਪਨ ਨਿਯਮ ਬਣਾ ਕੇ ਬੇੜਾ ਗਰਕ ਕਰ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਗੁਰੂਆਂ ਵੱਲੋਂ ਦਿੱਤੇ ਪੰਥ ਤੇ ਗ੍ਰੰਥ ਦੇ ਸਿਧਾਂਤ ਨੂੰ ਪਾਸੇ ਕਰਕੇ ਜੱਥੇਦਾਰਾਂ ਨੂੰ ਮਾਲਕ ਤੋਂ ਨੌਕਰ ਬਣਾ ਦਿੱਤਾ ਗਿਆ ਹੈ ਆਪਣਿਆਂ ਨੂੰ ਪੰਥ ਰਤਨ ਤੇ ਫਖਰ ਇਹ ਕੌਮ ਦਿੱਤੇ ਜਾਂਦੇ ਨੇ ਉਹਨਾਂ ਕਿਹਾ ਹੈ ਕਿ ਬਾਦਲ ਤਖਤ ਉੱਪਰ ਅਵਦਾਲੀ ਵਾਂਗ ਆਉਂਦੇ ਰਹੇ ਨੇ ਅਤੇ ਹੁਣ ਸੁਖਵੀਰ ਬਾਦਲ ਦੇ ਪੱਲੇ ਕੱਦ ਕਾਖ ਨਹੀਂ ਰਿਹਾ ਤਾਂ ਹੁਣ ਨਿਮਾਣਾ ਸਿੱਖ ਬਣ ਕੇ ਜਾਣ ਦੀ ਗੱਲ ਕਰ ਰਿਹਾ ਹੈ ਉਹਨਾਂ ਕਿਹਾ ਹੈ ਕਿ ਨਾ ਅਕਾਲੀਆਂ ਦੇ ਗੁਨਾਹ ਮਾਫੀਯੋਗ ਬਿਲਕੁਲ ਵੀ ਨਹੀਂ ਨੇ ਇਹ ਜਾਣੇ ਅਣਜਾਣੇ ਚ ਵੱੱਜਰ ਗੁਨਾਹ ਕਰਦੇ ਨੇ ਅਤੇ ਉਹਨਾਂ ਕਿਹਾ ਹੈ ਕਿ ਜੱਥੇਦਾਰ ਅਗਰ ਇਹਨਾਂ ਨੂੰ ਕੌਮ ਦੇ ਮਗਰੋਂ ਵੀ ਲਾ ਦੇਣ ਤਾਂ ਇਹ ਬਹੁਤ ਵੱਡੀ ਸੇਵਾ ਹੋਵੇਗੀ ਉਹਨਾਂ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਭ ਤੋਂ ਵੱਡਾ ਇਲਜ਼ਾਮ ਹੈ ਅਕਾਲੀ ਦਲ ਦੇ ਰਾਜ਼ ਦੇ ਵਿੱਚ ਚੈਲੰਜ ਕਰਕੇ ਬੇਅਦਬੀ ਕੀਤੀ ਗਈ ਸੀ ਪਰ ਉਸ ਸਮੇਂ ਦੀ ਸਰਕਾਰ ਨੇ ਉਲਟਾ ਰੋਸ ਕਰ ਰਹੇ ਸ਼ਾਂਤਮਈ ਸਿੱਖਾਂ ਉੱਪਰ ਗੋਲੀਆਂ ਚਲਾ ਦਿੱਤੀਆਂ ਤੇ ਬੇਅਦਬੀ ਕਰਨ ਵਾਲਿਆਂ ਨੂੰ ਸ਼ਰਨ ਦਿੱਤੀ ਸੀ ਸਿੱਖ ਮੁੰਡਿਆਂ ਨੂੰ ਨਜਾਇਜ਼ ਮਾਰਨ ਵਾਲੇ ਡੀਜੀਪੀ ਸੈਣੀ ਨੂੰ ਜਿਹੜਾ ਹੈ ਸੈਣੀ ਨੂੰ ਡੀਜੀਪੀ ਲਾਇਆ ਗਿਆ ਇਜ਼ਹਾਰ ਆਲਮ ਨੂੰ ਪਾਰਟੀ 'ਚ ਅਹੁਦਾ ਦਿੱਤਾ ਤੇ ਉਸ ਦੀ ਪਤਨੀ ਨੂੰ ਸਰਕਾਰ 'ਚ ਸੰਸਦੀ ਸਿਕੱਤਰ ਲਾਇਆ ਗਿਆ ਕੌਮ ਨੂੰ ਇਹਨਾਂ ਨੇ ਮਿੱਟੀ ਦੇ ਵਿੱਚ ਰੋਲ ਦਿੱਤਾ ਹੈ ਅਤੇ ਇਹਨਾਂ ਦੇ ਵੱੱਜਰ ਗੁਨਾਹ ਬਿਲਕੁਲ ਵੀ ਮਾਫੀਯੋਗ ਨਹੀਂ ਨੇ ਇਹ ਗੱਲ ਬਿਲਕੁਲ ਜਿਹੜੀ ਹੈ ਉਹਨਾਂ ਨੇ ਸਾਫ਼ ਕਰ ਦਿੱਤੀ ਹੈ ਇਹ ਗੱਲ ਬਿਲਕੁਲ ਤੌਰ ਤੇ ਜਿਹੜੀ ਹੈ ਸਾਫ਼ ਹੋਈ ਹੈ ਗਿਆਨੀ ਰਣਜੀਤ ਸਿੰਘ ਹੋਰਾਂ ਨੇ ਗੱਲਬਾਤ ਜਿਹੜੀ ਹੈ

ਹਾਲਾਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਔਰ ਨਾਲ ਹੀ ਜੇ ਗੱਲ ਕਰੀਏ ਤਾਂ ਵੱਡੇ ਸਵਾਲ ਜਿਹੜੇ ਨੇ ਉਹਨਾਂ ਨੇ ਅ ਅਕਾਲੀ ਦਲ ਤੇ ਵੀ ਖੜੇ ਕਰ ਦਿੱਤੇ ਨੇ ਤੇ ਪੰਥ ਤੇ ਕੌਮ ਨੂੰ ਜਿਹੜੀ ਹੈ ਜਾਗਰਤ ਹੋਣ ਦੇ ਲਈ ਉਹਨਾਂ ਨੇ ਵੱਡੀ ਅਪੀਲ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਜੋ 2015 ਦੇ ਵਿੱਚ ਉਹ ਵੀ ਉਹਨਾਂ ਨੇ ਕੌਮ ਨੂੰ ਯਾਦ ਕਰਵਾਈਆਂ ਤੇ ਕਿਹਾ ਕਿ ਹੁਣ ਇਹ ਕਿਸ ਤਰ੍ਹਾਂ ਜਿਹੜੇ ਬੰਦੇ ਨੇ ਜਿਹੜੇ ਬਾਦਲ ਕੇ ਲਾਣਾ ਤੇ ਜਿਨ੍ਹਾਂ ਨੇ ਬੇਅਦਬੀ ਕਰਵਾਈਆਂ ਤੇ ਆਖਰ ਹੁਣ ਇਹ ਨਿਮਾਣੇ ਹੋਣ ਦੀ ਗੱਲ ਕਰਦੇ ਨੇ ਪਰ ਹੁਣ ਨਿਮਾਣੇ ਬਣ ਕੇ ਕੰਮ ਨਹੀਂ ਚੱਲੇਗਾ ਇਹ ਗੱਲ ਗਿਆਨੀ ਰਣਜੀਤ ਸਿੰਘ ਹੋਰਾਂ ਨੇ ਸਾਫ਼ ਕਰ ਦਿੱਤੀ ਹੈ ਕਿਹਾ ਹੈ ਕਿ ਕੌਮ ਹੁਣ ਕਦੀ ਵੀ ਤੁਹਾਨੂੰ ਮਾਫ਼ ਨਹੀਂ ਕਰੇਗੀ ਕਿਉਂਕਿ ਕੌਮ ਜਿਹੜੀ ਹੈ ਬਿਲਕੁਲ ਤੁਹਾਨੂੰ ਮਾਫ ਜਿਹੜੀ ਹੈ ਨਹੀਂ ਕਰੇਗੀ ਕਿਉਂਕਿ ਕੌਮ ਨੇ ਹੁਣ ਸਹੀ ਫੈਸਲਾ ਕਰ ਲਿਆ ਹੈ ਕੌਮ ਹੁਣ ਜਾਗਰੂਤ ਹੋ ਚੁੱਕੀ ਹੈ ਇਹ ਗੱਲ ਜਿਹੜੀ ਹੈ ਉਹਨਾਂ ਨੇ ਸਾਫ਼ ਕਰ ਦਿੱਤੀ ਹੈ ਕਿ ਹੁਣ ਸੰਗਤ ਵੀ ਤੁਹਾਡੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਹੈ ਉਹ ਨਹੀਂ ਆਉਣ ਵਾਲੀ ਹੈ ਤੇ ਹਾਲਾਂਕਿ ਸੁਖਬੀਰ ਬਾਦਲ ਜੇ ਲਾਂਬੇ ਵੀ ਹੋ ਜਾਏ ਸ਼੍ਰੋਮਣੀ ਅਕਾਲੀ ਦਲ ਪੂਰਾ ਲਾਂਬੇ ਹੋ ਜਾਏ ਤਾਂ ਸ਼ਾਇਦ ਕੌਮ ਦਾ ਭਲਾ ਹੋ ਸਕਦਾ ਹੈ ਉਸ ਤੋਂ ਪਹਿਲਾਂ ਕੌਮ ਦਾ ਭਲਾ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਹੋ ਬਿਲਕੁਲ ਨਹੀਂ ਹੈ ਇਹ ਗੱਲ ਜਿਹੜੀ ਹੈ ਉਹਨਾਂ ਨੇ ਸਾਫ਼ ਕਰ ਦਿੱਤੀ ਹੈ ਤੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਤੇ ਸਵਾਲ ਤੇ ਸਵਾਲ ਜਿਹੜੇ ਨੇ ਵਾਧੇ ਜਾ ਰਹੇ ਨੇ ਹਾਲਾਂਕਿ ਸਵਾਲ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਾ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਬਣਿਆ ਹੋਇਆ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਹੁਣੇ-ਹੁਣੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਤਨੀ ਸਾਲੇ ਅਤੇ ਪਤਨੀ ਦੇ ਭਤੀਜੇ ਦਾ ਕਤਲ ਕਰਨ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜੀ ਹਾਂ ਇਹ ਖਬਰ ਜਿਹੜੀ ਹੈ ਰੂਪਨਗਰ ਤੋਂ ਹੁਣੇ-ਹੁਣੇ ਸਾਹਮਣੇ ਆਈ ਹੈ ਜਿੱਥੇ ਕਿ 20 ਮਈ ਨੂੰ ਇੱਕ ਤੀਰੇ ਕਤਲकांड ਕੇਸ ਦੇ ਵਿੱਚ ਫੈਸਲਾ ਸੁਣਾਉਂਦਿਆਂ ਆलमワਸੀ ਵਾਰਡ ਨੰਬਰ 1 슈ਗਰ ਮਿਲ ਰੋਡ ਮੋਰਿੰਡਾ ਜ਼ਿਲ੍ਹਾ ਰੂਪਨਗਰ ਨੂੰ ਆਪਣੀ ਪਤਨੀ ਪਰਜਾਈ ਅਤੇ ਪਤਨੀ ਦੇ ਭਤੀਜੇ ਦਾ ਕਤਲ ਕਰਨ ਅਤੇ ਕਦੂਜੇ ਭਤੀਜੇ ਨੂੰ ਜ਼ਖਮੀ ਕਰਨ ਦੇ ਦੋਸ਼ ਵਿੱਚ 3 ਉਮਰ ਕੈਦਾਂ ਦੀ ਸਜ਼ਾ ਸੁਣਾਈ ਜਿਸ ਤਹਿਤ ਦੋਸ਼ੀ ਨੂੰ ਕੁੱਲ 70 ਸਾਲ ਦੀ ਜਿਹੜੀ ਹੈ ਸਜ਼ਾ ਭੁਗਤ ਨਹੀਂ ਪਈ ਹੈ ਮੁਕਦਮੇ ਦੇ ਦੋਸ਼ਾਂ ਅਨੁਸਾਰ 3 6 2020 ਦੀ ਰਾਤ ਨੂੰ ਸ਼ੂਗਰ ਮਿਲ ਰੋਡ ਮੋਰਿੰਡਾ ਦੇ ਇਲਾਕੇ ਦੇ ਵਿੱਚ ਮੁਲਜ਼ਮ ਆਲਮ ਨੇ ਆਪਣੀ ਪਤਨੀ ਕਾਜ਼ਲ ਸਾਲੀ ਜਸਪ੍ਰੀਤ ਕੌਰ ਅਤੇ ਆਪਣੀ ਸਾਲੀ ਦੇ ਪੁੱਤਰ ਸਾਹਿਲ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ ਜਦੋਂ ਉਹ ਸੁੱਤੇ ਹੋਏ ਸਨ ਤਾਂ ਕੁਹਾੜੀ ਨਾਲ ਸੱਟਾਂ ਮਾਰੀਆਂ ਤੇ ਉਸਨੇ ਆਪਣੀ ਪਤਨੀ ਦੇ ਪੇਕੇ ਕਰ ਰਹੇਂਦੇ ਆਪਣੀ ਪਰਜਾਈ ਦੇ ਦੂਜੇ ਪੁੱਤਰ ਬੋਵੀ ਦਾ ਵੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿੱਤੇ ਕਿ ਪ੍ਰੋਜਿਕਿਊਸ਼ਨ ਪੱਖ ਦੁਆਰਾ ਅੰਤਿਮ ਰਿਪੋਰਟ ਪੇਸ਼ ਕਰਨ ਤੇ ਮਕਦਮਾ ਸ਼ੁਰੂ ਹੋਇਆ ਤੇ ਅੰਤ ਦੇ ਵਿੱਚ 2724 ਨੂੰ ਸਮਾਪਤ ਹੋਇਆ ਰਾਜ ਲਈ ਵਿਦਵਤਾ ਵਧੀਕ ਸਰਕਾਰੀ ਵਕੀਲ ਦੀ ਦਲੀਲ ਨਾਲ ਸਹਿਮਤ ਹੁੰਦੇ ਹੋਏ ਸ਼੍ਰੀਮਤੀ ਰਮੇਸ਼ ਕੁਮਾਰੀ ਜ਼ਿਲ੍ਹਾ ਤੇ ਸੈਸ਼ਨ ਜੱਜ ਰੂਪਨਗਰ ਨੇ ਦੋਸ਼ੀ ਆਲਮ ਨੂੰ ਦੋਸ਼ੀ ਠਹਿਰਾਇਆ ਤੇ ਉਸ ਨੂੰ ਧਾਰਾ 307 ਆਈਪੀਸੀ ਅਧੀਨ ਕਤਲ ਅਤੇ ਧਾਰਾ 307 ਆਈਪੀਸੀ ਦੇ ਤਹਿਤ ਕਤਲ ਦੇ ਜੁਰਮ ਲਈ ਦੋਸ਼ੀ ਠਹਿਰਾਇਆ ਮਾਨਜ਼ੂਗ ਅਦਾਲਤ ਨੇ ਆਈਪੀਸੀ ਦੀ ਧਾਰਾ 57 ਵੀ ਕੀਤੀ ਜਿਸ ਵਿੱਚ ਵਿਵਸਥਾ ਕੀਤੀ ਗਈ ਹੈ ਕਿ ਉਮਰ ਕੈਦ ਦੀ سزا 20 ਸਾਲ ਹੋਵੇਗੀ ਆਪੀਸੀ ਦੀ ਧਾਰਾ 57 ਦੇ ਕਾਰਨ ਦੋਸ਼ੀ ਦੀ ਉਮਰ ਕੈਦ ਦੀ ਮਿਆਦ 60 ਸਾਲ ਤੱਕ ਵਧੇਗੀ ਭਾਵ ਧਾਰਾ 302 ਆਪੀਸੀ 300 ਰਿਲੇਖਾਂ ਅਧੀਨ ਦੇ ਤਹਿਤ ਹਰ ਕਤਲ ਲਈ 20 ਸਾਲ ਅਤੇ ਧਾਰਾ 307 ਆਪੀਸੀ ਇੱਕ ਸਰਲੇਖ ਦੇ ਅਧੀਨ ਦੇ ਤਹਿਤ 10 ਸਾਲ ਦੀ ਕੈਦ ਅਤੇ ਕੁੱਲ 70 ਸਾਲ ਦੀ ਜਿਹੜੀ ਹੈ ਸਜ਼ਾ ਉਤਣੀ ਪਵੇਗੀ ਇਹ ਮਾਮਲਾ ਜਿਹੜਾ ਹੈ ਤਾਜਾ ਰੂਪਨਗਰ ਤੋਂ ਸਾਹਮਣੇ ਆਇਆ ਜਿਸ ਨੇ ਕਿ ਸਾਰਿਆਂ ਨੂੰ ਚੌਂਕਾ ਕੇ ਰੱਖ ਦਿੱਤਾ ਹੈ ਜਿਸ ਤੋਂ ਬਾਅਦ ਸਾਰੇ ਹੀ ਜਿਹੜੇ ਨੇ ਚੌਂਕ ਚੁੱਕੇ ਨੇ ਉਧਰ ਦੂਜੇ ਪਾਸੇ ਅਜਿਹਾ ਹੀ ਮਾਮਲਾ ਜਿਹੜਾ ਇੱਕ ਹੋਰ ਸਾਹਮਣੇ ਆਇਆ ਹੈ ਸਿਕੰਦਰਾਬਾਦ ਦੇ ਵੂਮਨ ਪੱਲੀ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਪਤਨੀ ਅਤੇ 10 ਮਹੀਨੇ ਦੀ ਬੇਟੀ ਦਾ ਕਤਲ ਕਰ ਦਿੱਤਾ ਹੈ ਘਟਨਾ ਐਤਵਾਰ ਸਵੇਰੇ ਵਾਪਰੀ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਔਰਤ ਅਤੇ ਉਸਦੇ ਉਸਦੀ ਬੇਟੀ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਪੁਲਿਸ ਮੁਤਾਬਕ ਮ੍ਰਿਤਕ ਗਣੇਸ਼ ਨੇ ਆਪਣੀ ਪਤਨੀ ਸੁਭਪਨਾ ਅਤੇ ਬੇਟੀ ਨਸ਼ਤਰਾ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਬਾਅਦ ਵਿੱਚ ਉਸਨੇ ਚੱਲਦੀ ਟ੍ਰੇਨ ਅੱਗੇ ਛਾਲ ਮਾਰ ਕੇ ਆਪ ਖੁਦਕੁਸ਼ੀ ਕਰ ਲਈ ਮੁਰਲੀ ਜਾਂਚ ਸਾਹਮਣੇ ਆਇਆ ਕਿ ਉਕਤ ਵਿਅਕਤੀ ਨੇ ਆਪਣੀ ਪਤਨੀ ਦੇ ਚਰਿੱਤਰ ਤੇ ਸ਼ੱਕ ਹੋਣ ਕਾਰਨ ਇਹ ਕਦਮ ਚੁੱਕ ਕੇ ਆਏ ਘਰ ਦੇ ਵਿੱਚ ਪਤਨੀ ਅਤੇ ਬੇਟੀ ਦਾ ਕਤਲ ਕਰਨ ਤੋਂ ਬਾਅਦ ਗਣੇਸ਼ ਨੇ ਸੁਚਿੱਤਰ ਚਾਚ ਰੇਲਵੇ ਟਰੈਕ ਤੇ ਖੁਦਕੁਸ਼ੀ ਕਰ ਲਈ ਗਣੇਸ਼ ਦੇ ਗਵਾਂਡੀਆਂ ਮੁਤਾਬਕ ਉਹ ਆਟੋ ਰਿਕਸ਼ਾ ਚਾਲਕ ਸੀ ਅਤੇ ਪਰਿਵਾਰ ਕੁਝ ਸਾਲ ਪਹਿਲਾਂ ਮਹਾਰਾਸ਼ਟਰ ਤੋਂ ਆਇਆ ਸੀ ਵੂਮਨ ਪੱਲੀ ਥਾਣੇ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਹਨਾਂ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁੱਟ ਚੁੱਕੀ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ